इधरों कार आ रही है शराबी हालत बंदे बंदे से उन्होंने को दारू सी दारू पीती हुई सी सीधे आके साडे बंदियां दे उत्ते इत्थे सुत्ते पए सी उन्होंने उत्ते आके खा चढ़ा बहुत माड़ी कार्यकारी है जी साढ़े 53 दिन हो गए बैठे नूं किसी ने आके साडा हाल चाल नहीं पुछा। सब तो वड्डी गल है कि जिहड़े मकसद लई इत्थे बैठे होए इन्होंने बेचारियां नूं काफ़ी 5 महीने की तनखा नहीं मिली जी भी केंद्र तो जिहड़े फंड आते हैं ना कई बार डिले हो जाता डिले। खबर पटियाला तो सामने आई है जिथे की जंगलात विभाग के चौथे दर्जे के कर्मचारियों वालों धरना प्रदर्शन किया जा रहा है ते रात नूं एक कार तेज रफ्तार दे विच आउंदी है ते प्रदर्शनकारियों के उत्ते चढ़ जाती है जिस दे विच कुछ कर्मचारियों के सट्टा भी लगियां ने जिन्हां नूं अरजिंदरा हस्पताल दे विच भर्ती करवाया गया है। इस संबंधी पटियाला देहाती दे विधायक डॉक्टर बलवीर उत्थे पहुंचदे ने ते उन्हां नाल दुख सांझा करदे ने। जिहड़ा इह एक्सीडेंट कल होया है ਇਹ ਇੱਧਰੋਂ ਕਾਰ ਆ ਰਹੀ ਹੈ ਸ਼ਰਾਬੀ ਹਾਲਤ ਬੰਦੇ ਬੰਦੇ ਸੀਗੇ ਉਹਨਾਂ ਕੋਲ ਦਾਰੂ ਸੀਗੀ ਦਾਰੂ ਪੀਤੀ ਹੋਈ ਸੀਗੀ ਸਿੱਧੇ ਆ ਕੇ ਸਾਡੇ ਬੰਦਿਆਂ ਦੇ ਉੱਤੇ ਇੱਥੇ ਸੁੱਤੇ ਪਏ ਸੀਗੇ ਉਹਨਾਂ ਦੇ ਉੱਤੇ ਆ ਕੇ ਖਾ ਚੜਾ ਦਿੱਤਾ। ਕਿੰਨੇ ਬੰਦੇ ਇੰਜਰਡ ਹੋਏ? ਸਾਡੇ 7 ਬੰਦੇ ਹੋਏ ਸੀਗੇ 7 ਦੇ ਵਿੱਚੋਂ 3 ਸੀਰੀਅਸ ਨੇ 4 ਬੰਦਿਆਂ ਦੀ ਜਿਹੜੀਆਂ ਪੱਟੀਆਂ ਪੁੱਟੀਆਂ ਕਰਕੇ ਟੀਕਾਂ ਕੇ ਟੋਂਕੇ ਲਾ ਕੇ ਉਹਨਾਂ ਨੂੰ ਵਾਪਸ ਕੀਤਾ ਜੀ। ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੀ ਕਾਰਗੁਜ਼ਾਰੀ? ਬਹੁਤ ਮਾੜੀ ਕਾਰਗੁਜ਼ਾਰੀ ਹੈ ਜੀ ਸਾਡੇ 53 ਦਿਨ ਹੋ ਗਏ ਬੈਠਿਆਂ ਨੂੰ ਕਿਸੇ ਨੇ ਆ ਕੇ ਸਾਡਾ ਹਾਲ ਚਾਲ ਨਹੀਂ ਪੁੱਛਿਆ ਵੀ ਭਾਈ ਤੁਹਾਨੂੰ ਕੀ ਤਕਲੀਫ ਆ ਕਿਵੇਂ ਬੈਠੇ ਹੋ ਤੁਸੀਂ ਕੀ ਤੁਹਾਡੀ ਮੰਗ ਆ ਕਿਸੇ ਨੇ ਆ ਕੇ ਨਹੀਂ ਪੁੱਛਿਆ ਹੈਗਾ। ਜਦੋਂ ਕਿ ਜੰਗਲਾਤ ਮੰਤਰੀ ਨਾਲ ਵੀ ਮੀਟਿੰਗਾਂ ਹੋ ਗਈਆਂ ਨੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਹੋ ਗਈਆਂ ਸਾਡੀ ਜਿਹੜੇ ਸੈਕਟਰੀ ਨੇ ਪੰਜਾਬ ਸਰਕਾਰ ਦੇ ਉਹਦੇ ਨਾਲ ਵੀ ਮੀਟਿੰਗਾਂ ਹੋ ਗਈਆਂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ? ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿੰਨੇ ਵੀ ਡੇਲੀ ਵੇਜਿਸ ਕੰਮ ਆ ਜਿੰਨੇ ਪਾਰਟ ਟਾਈਮ ਕੰਮ ਆ ਤੁਸੀਂ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਪਹਿਲੀ ਕੈਬਨਿਟ ਦੇ ਵਿੱਚ ਇਹਨਾਂ ਨੂੰ ਅਸੀਂ ਰੈਗੂਲਰ ਕਰਾਂਗੇ। ਹੁਣ 5-6 ਕੈਬਨਿਟ ਆਉਣ ਦੇ ਬਾਅਦ ਜਦੋਂ ਵੀ ਉਹਨਾਂ ਨੂੰ ਜਿਹੜਾ ਹੈਗਾ ਰਵਾਇਤੀ ਪਾਰਟੀ ਵਾਲਾ ਹਾਲ ਜਿਹੜੇ ਆ ਇਹ ਸਰਕਾਰ ਕਰਨ ਲੱਗ ਗਈ ਆ। ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੇ ਇੰਜਰਡ ਹੋਏ ਨੇ ਕੋਈ ਮਿਲਣ ਆਇਆ? ਉਹ ਉਹਨਾਂ ਨੂੰ ਹੁਣ ਸਾਡੇ ਕੋਲ ਡਾਕਟਰ ਬਲਵੀਰ ਪਤਾ ਕਰਨਾ ਇਹ ਸੀ ਕਿ ਉਹਨਾਂ ਦਾ ਹਾਲ ਚਾਲ ਪੁੱਛ ਕੇ ਗਏ ਨੇ। ਇਹ ਵੀ ਵਿਸ਼ਵਾਸ ਦਵਾ ਕੇ ਗਏ ਨੇ ਵੀ ਮੈਂ ਸਾਡੇ ਜੰਗਲਾਤ ਮੰਤਰੀ ਸਾਹਿਬ ਦੇ ਨੂੰ ਅਪੀਲ ਕਰਾਂਗਾ ਵੀ ਜਿਹੜੀਆਂ ਤੁਹਾਡੇ ਪਤਨਾਕਾਰ ਰਹਿੰਦੇ ਨੇ ਵੀ ਉਹ ਵੀ ਦਵਾਵਾਂਗੇ। ਰਾਤ ਨੂੰ ਜਿਵੇਂ ਮੈਨੂੰ ਇਹਨਾਂ ਨੇ ਦੱਸਿਆ ਜੀ ਯੂਥ ਸੀਗਾ ਕੋਈ ਨੌਜਵਾਨ ਸੀਗਾ ਕਿਤੇ ਉਹ ਪਿਕਨਿਕ ਵਗੈਰਾ ਮਨਾ ਕੇ ਆ ਰਹੇ ਸੀਗੇ ਉਹ ਮਤਲਬ ਦੇਖ ਰਹੇ ਆ ਜੀ ਜਿਹੜੇ ਸਾਡੇ ਪੁਲਿਸ ਅਧਿਕਾਰੀ ਆ ਦੇਖ ਰਹੇ ਆ ਵੀ ਕੀ ਨੈਗਲੀਜੈਂਸ ਹੈ ਕੀ ਆ ਉਹਨਾਂ ਦਾ ਕੀ ਕਾਰਨ ਸੀਗਾ ਅਤੇ ਇਹਨਾਂ ਦੀ ਆਪਸ 'ਚ ਗੱਲਬਾਤ ਵੀ ਹੋਈ ਹੈ ਜੀ ਕੋਈ ਮੈਨੂੰ ਲੱਗਦਾ ਵੀ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਆ ਔਰ ਉਹ ਜਿਹੜਾ ਇਲਾਜ ਕਰਾਉਣ ਲਈ ਜਾਂ ਹੋਰ ਜਿਹੜਾ ਬਾਕੀ ਸਾਰਾ ਇਹਨਾਂ ਦਾ ਐਗਰੀਮੈਂਟ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਜਿਹੜਾ ਮਸਲਾ ਇਹਨਾਂ ਦਾ ਹੱਲ ਕਰਦਾ ਜਾਵੇ। ਅਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਮਕਸਦ ਲਈ ਇੱਥੇ ਬੈਠੇ ਹੋਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਕਾਫੀ 5 ਮਹੀਨੇ ਦੀ ਤਨਖਾਹ ਨਹੀਂ ਮਿਲੀ ਉਹ ਮੈਂ ਮੰਤਰੀ ਸਾਹਿਬ ਨਾਲ ਵੀ ਮੇਰੀ ਗੱਲ ਹੋ ਚੁੱਕੀ ਆ ਜੀ ਮੁੱਖ ਮੰਤਰੀ ਸਾਹਿਬ ਨਾਲ ਵੀ ਮੇਰੀ ਗੱਲ ਹੋ ਚੁੱਕੀ ਆ ਔਰ ਮੈਂ ਇਹਨਾਂ ਦਾ ਜਿਹੜਾ ਮੈਨੂੰ ਇਹਨਾਂ ਨੇ ਦਿੱਤਾ ਸੀਗਾ ਆਪਣਾ ਲਿਖ ਕੇ ਉਹਨਾਂ ਦਾ ਜਿਹੜਾ ਮੈਮੋਰੈਂਡਮ ਸੀਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਉਹਦੇ 'ਚ ਦਰਅਸਲ ਗੱਲ ਇਹ ਸੀ ਵੀ ਕੇਂਦਰ ਤੋਂ ਜਿਹੜੇ ਫੰਡਸ ਆਉਂਦੇ ਨਾ ਉਹ ਕਈ ਵਾਰੀ ਡਿਲੇ ਹੋ ਜਾਂਦਾ ਉਹ ਡਿਲੇ ਸੀਗਾ ਅਤੇ ਹੁਣ ਇਹ ਦੱਸ ਰਿਹਾ ਵੀ ਸ਼ਾਇਦ ਕੱਲ੍ਹ ਪਹੁੰਚ ਗਿਆ ਉਹ ਅਤੇ ਅਸੀਂ ਇਹਨਾਂ ਨੂੰ ਬਸ 2-4 ਦਿਨ ਦੇ ਵਿੱਚ ਤਨਖਾਹ ਮਿਲ ਜਾਏਗੀ ਸਾਰੀ। ਸਰ ਕਿਹਾ ਜਾਂਦਾ ਕਿ ਇਹਨਾਂ ਦੇ ਜਿਹੜੇ ਹੈਗੇ ਫੰਡ ਦੀ ਗੱਲ ਤਾਂ ਤੁਸੀਂ ਦੱਸ ਰਹੇ ਹੋ ਬਟ ਇਹਨਾਂ ਦੇ ਕੁਛ ਜਿਹੜੇ ਜੰਗਲਾਤ ਦੇ ਜਿੰਨੇ ਹੋਰ ਸੀਗੇ ਇਹਨਾਂ ਦੇ ਉਹਨਾਂ ਨੂੰ ਕੱਢ ਵੀ ਦਿੱਤਾ ਗਿਆ ਕੁਛ ਇਸ ਤਰ੍ਹਾਂ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦੇਖ ਰਹੇ ਹੋ ਸਰਕਾਰ ਦੀ? ਕਿਉਂਕਿ ਭਰਤੀ ਦੀ ਗੱਲ ਕਰ ਰਹੇ ਸੀ ਪਰ ਇਹਨਾਂ ਦੇ ਬੰਦਿਆਂ ਨੂੰ ਹੋਰ ਕੱਢਿਆ ਜਾ ਰਿਹਾ? ਨਹੀਂ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈ ਸਰਕਾਰ ਤਾਂ ਜਿਵੇਂ ਪਹਿਲੀ ਵਾਰੀ ਆ ਕੇ ਨਾ ਜੀ ਉਹ 26,400 ਨੌਕਰੀਆਂ ਦੇ ਰਹੀ ਆ ਇਹ ਇੱਕ ਬਹੁਤ ਪੁਰਾਣੇ ਬਹੁਤ ਸਾਰੇ ਮਹਿਕਮਿਆਂ ਦੇ ਜਿਹੜੇ ਉਹਨਾਂ ਨੇ ਬੰਦੇ ਨਾ ਆਊਟਸੋਰਸਿੰਗ 'ਤੇ ਰੱਖੇ ਹੋਏ ਆ ਦੇ ਆਰ ਨੋਟ ਗਵਰਨਮੈਂਟ ਇੰਪਲਾਈਜ਼ ਉਹ ਜਿਹੜੇ ਆਊਟਸੋਰਸਿੰਗ ਵਾਲੇ ਹੈਗੇ ਆ ਉਹ ਅਸੀਂ ਹੁਣ ਜਿਹੜਾ ਅੱਗੇ ਤੋਂ ਜਿਹੜੇ ਠੇਕੇ 'ਤੇ ਨਹੀਂ ਰੱਖ ਰਹੇ ਅਸੀਂ ਪੱਕੇ ਰੱਖ ਰਹੇ ਹਾਂ ਇਹ ਵੀ ਵਿਚਾਰੇ ਕੱਚੇ ਹੀ ਆ ਸਾਰੇ ਇਹ ਮਤਲਬ ਤਾਂ ਹੀ ਇਹਨਾਂ ਨੂੰ ਦਿੱਕਤ ਆਈ ਕੀ ਤੁਸੀਂ ਇਹਨਾਂ ਦੀ ਜਿਹੜੀ ਪੱਕੇ ਕਰਨ ਵਾਲੀ ਡਿਮਾਂਡ? ਹਾਂ ਉਹ ਜਿਹੜੀ ਹੈਗੀ ਆ ਉਹਦੇ 'ਚ ਨਾ ਕੁਛ ਇੱਕ ਜਿਵੇਂ ਬਹੁਤ ਸਾਰੀਆਂ ਜਜਮੈਂਟਸ ਹੈਗੀਆਂ ਉਹ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਜਿਹਨੂੰ ਪੱਕਾ ਕੀਤਾ ਜਾ ਸਕਦਾ ਜਿਹੜੇ ਇਹਨਾਂ ਦਾ ਵਰਗ ਹੈ ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਕਰ ਰਹੇ ਹਾਂ ਮਤਲਬ ਉਸ ਕੈਟਾਗਰੀ ਦੇ ਵਿੱਚ ਜਿਹੜਾ ਹੈਗਾ ਸਾਨੂੰ ਉਹਦੇ 'ਚ ਹਰ ਇੱਕ ਦਾ ਆਪਣਾ ਆਪਣਾ ਇੱਕ ਕਾਨੂੰਨ ਹੈ ਉਹਦੇ ਜਿਹੜੇ ਉਹਨਾਂ ਨੇ ਸਿਲੈਕਸ਼ਨ ਪ੍ਰੋਸੈਸ ਹੈ ਕਈ ਬੰਦਿਆਂ ਨੇ ਨਾ ਜਿਹੜੇ ਜੇ ਤੁਸੀਂ ਕੱਚੇ ਵੀ ਰੱਖਣੇ ਆ ਮੈਂ ਇਹਨਾਂ ਦੀ ਗੱਲ ਨਹੀਂ ਕਰਦਾ ਮਿਸਾਲ ਦੇ ਤੌਰ 'ਤੇ ਜੇ ਤੁਸੀਂ ਕਾਲਜ ਦੇ ਵਿੱਚ ਪ੍ਰੋਫੈਸਰ ਰੱਖਣਾ ਤਾਂ ਜਿਹੜੇ UGC ਦਾ ਨੋਰਮਸ ਆ ਤੁਸੀਂ ਉਹ ਸਾਰੇ ਅਪਲਾਈ ਕਰੋਗੇ ਇਸੇ ਤਰ੍ਹਾਂ ਜਿਹੜੇ ਟੀਚਰਸ ਆ ਉਹਦਾ ਟੀਚਰ ਐਲੀਜੀਬਿਲਟੀ ਕ੍ਰਾਈਟੇਰੀਆ ਅਪਲਾਈ ਕਰੋਗੇ ਅਤੇ ਕਈਆਂ ਨੇ ਉਹ ਨਹੀਂ ਫੋਲੋ ਕੀਤੇ ਹੋਏ ਜਿੱਥੇ ਉਹ ਨਹੀਂ ਫੋਲੋ ਕੀਤੇ ਸਾਨੂੰ ਉੱਥੇ ਦਿੱਕਤ ਆ ਰਹੀ ਹੈ ਬਟ ਸਰ ਉਹ ਤਾਂ ਪਿਛਲੀ ਸਰਕਾਰਾਂ ਦੀ ਗਲਤੀ ਸੀ ਨਾ ਤੇ ਇਹ ਗਲਤੀ ਤਾਂ ਇਹਨੂੰ ਰਿਵਿਊ ਕਿਸ ਤਰ੍ਹਾਂ ਕਰਨਾ ਗਲਤੀ ਤਾਂ ਸੀ ਕਹਿੰਦਾ ਜੀ ਉਹ ਹੀ ਸਾਨੂੰ ਹੁਣ ਜਿਹੜੀਆਂ ਉਹਨਾਂ ਦੀਆਂ ਕੰਡਾ ਦਿੱਤੀਆਂ ਹੋਈਆਂ ਜਿਹੜੀਆਂ ਹੱਥਾਂ ਨਾਲ ਕੰਡਾ ਮਾਰ ਕੇ ਅਸੀਂ ਮੂੰਹ ਨਾਲ ਖੋਲ ਰਹੇ ਹਾਂ ਉਹ ਅਸੀਂ ਉਹਦੇ ਵਾਸਤੇ ਹੁਣ ਕਿਤੇ ਕੋਈ ਸਾਨੂੰ ਅਮੈਂਡ ਕਰਨਾ ਪਏਗਾ ਕੋਈ ਵਿਧਾਨ ਸਭਾ ਸੈਸ਼ਨ 'ਚੋਂ ਪਾਸ ਕਰਨਾ ਪਏਗਾ ਜਿਸ ਤਰ੍ਹਾਂ ਸਾਡਾ ਮਿਸਾਲ ਦੇ ਤੌਰ 'ਤੇ RDF ਸੀਗਾ ਜੀ ਉਹ ਕੈਪਟਨ ਸਾਹਿਬ ਨੇ ਜਿਹੜਾ ਸੀਗਾ ਲੋਕਾਂ ਦੇ ਕਰਜ਼ੇ ਮਾਫ਼ ਕਰਨ ਲਈ ਯੂਜ਼ ਕਰਦਾ ਉਹ ਨਾ ਤਾਂ ਪਿੰਡਾਂ ਦੀਆਂ ਸੜਕਾਂ ਬਣੀਆਂ ਨਾ ਮੰਡੀਆਂ ਦੇ ਫੜ ਠੀਕ ਹੋਏ ਉਹ ਸਰਕਾਰ ਨੇ ਰੋਕ ਦਿੱਤਾ ਇੱਦਾਂ ਵੀ ਸਾਡੇ ਬਹੁਤ ਸਾਰੇ ਇਸ਼ੂਜ਼ ਹੋਏ ਆ ਅਤੇ ਉਹ ਹੁਣ ਅਸੀਂ ਦੁਬਾਰਾ ਅਸੈਂਬਲੀ ਦੇ ਵਿੱਚ ਪਾਸ ਕਰਕੇ ਅਸੀਂ ਕਿਹਾ ਵੀ ਜਿਹੜੇ ਮਕਸਦ ਲਈ ਹੈਗਾ ਉਸ ਲਈ ਯੂਜ਼ ਕਰਾਂਗੇ ਉਹਨਾਂ ਨੇ ਕਿਸੇ ਹੋਰ ਮਕਸਦ ਲਈ ਯੂਜ਼ ਕਰ ਲਏ ਸੀਗੇ ਹੋ ਸਕਦਾ ਇਹਨਾਂ ਦੇ ਫੰਡਸ ਵੀ ਕਿਤੇ ਹੋਰ ਯੂਜ਼ ਕਰਦੇ ਰਹੇ ਹੋਣ ਜੀ ਸਰ ਇਹਨਾਂ ਦੇ ਜਿਹੜੇ ਹੈਗੇ ਆ
सात बंदे इंजर्ड होए ने जिहदे तीन सीरीयस ने कई दे गुट टुट गए हुण इन्हां दे कई प्रशासन या सरकार वालों इन्हां नूं मुआवजा पुछिया सी हां इन्हां दी पूरी मदद कीती है सरकार वालों ओह मैं बना के मैं देखदा जी उन्हां दे की मदद कीती जा सकदी है एक तां उन्हां दा इलाज तां कराया जाऊगा फ्री सारा जी बाकी उस तों बाद भी उन्हां नूं जिहड़ा जॉब दे विच है वी ओह कम्म नहीं कर पाउण दी काफी देर वो वाली उन्होंने छुट्टी दी जाए विद फुल पे बेनीफिट्स दी जाए और उन्होंने की कंपनसेशन दी जा सकती है वो असं करा जी अमदाप जी इस संबंधी जानकारी देंदे हुए पुलिस अधिकारी का की कहना है और तुहानू भी सुनाने वैसे तो साढ़े वालों ऑलरेडी इतने जिहड़े ने सिक्योरिटी के प्रबंध किए गए होंगे ने साडी टवेरा PCR जी बिल्कुल जिले के ऑपोजिट खड़े होंगे मुलाजम साढ़े मौके के उत्ते होंगे साइड के उत्ते बैरीगेट भी लगाए हुए थे पर अनफॉर्चुनेटली भी गड्डी जिहड़ी सी तेज़ रफ्तार दे विच आई और बैरीगेट नूं पुश करके जिहड़ा सीगा पर धरने वाली थां ते जिहड़े बंदे पए सी उन्हां नूं हिट कर गई है पांच छे बंदे दे सट्टां वज्जियां ने ट्रीटमेंट चल रहा सारे बंदे जिहड़े ने आउट ऑफ डेंजर ने फिर भी असीं केस रजिस्टर कर रहे हैं स्टेटमेंट लिखण वास्ते साडा आई गया है जल्द राउंडअप कहिंदे वाहन चालक ने सर ड्रिंक कीते हुए सीगे इस चीज़ दी पुष्टि हुण जदों बंदा अरैसट होएगी उस तों बाद उहदा मैडिकल करावांगे उस हिसाब नाल पता लगेगा ठीक है ते सर परचा दर्ज कर रहे हैं 280-337 वगैरह का पर्चा होएगा अगर ड्रिंक की हुई तो 304 वगैरह डाउन करा किन्ने बंदे जख्मी सत्त के करीब पता लगे दो मुढ़ली ट्रीटमेंट देकर भेज दिता गया पांच बंदे जिहड़े ने ऑलरेडी अंडर ट्रीटमेंट कार चाड़न वाले व्यक्ति उत्ते मामला दर्ज करके अगली कार्रवाई शुरू कर दी है ते उत्थे ही आम आदमी पार्टी के विधायक डॉक्टर बलवीर वल्लों कर्मचारियों नूं भरोसा दिता गया कि उन्हां दी हर एक सहायता की जाएगी ते उधर पुलिस ने मामला दर्ज करके अगली कार्रवाई शुरू कर दी है ब्यूरो रिपोर्ट D5 चैनल पंजाबी होएगी किसानां दी गल नवी खेती मशीनां बीजां ते बागां दी गल लेके चलांगे तुहानू रंगले पंजाब दे खेतां वल देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार सवेरे 7:30 D5 चैनल पंजाबी ते की हुंदी है जमाबंदी किवें बनदी है वसीयत जमीन जायदाद दे हर मसले ते करांगे चर्चा देखना ना भुलना साडा खास प्रोग्राम नायब तहसीलदार .com D5 चैनल पंजाबी पूरे सब्सक्राइब करो बेल आइकन पे क्लिक करो ਇਹ ਇਧਰੋਂ ਕਾਰ ਆ ਰਹੀ ਹੈ ਸ਼ਰਾਬੀ ਹਾਲਤ ਬੰਦੇ ਬੰਦੇ ਸੀਗੇ ਉਹਨਾਂ ਕੋਲ ਦਾਰੂ ਸੀਗੀ ਦਾਰੂ ਪੀਤੀ ਹੋਈ ਸੀਗੀ ਸਿੱਧੇ ਆ ਕੇ ਸਾਡੇ ਬੰਦਿਆਂ ਦੇ ਉੱਤੇ ਇੱਥੇ ਸੁੱਤੇ ਪਏ ਸੀਗੇ ਉਹਨਾਂ ਦੇ ਉੱਤੇ ਆ ਕੇ ਖਾ ਚੜਾ ਬਹੁਤ ਮਾੜੀ ਕਾਰਜਕਾਰੀ ਹੈ ਜੀ ਸਾਡੇ 53 ਦਿਨ ਹੋ ਗਏ ਬੈਠੇ ਨੂੰ ਕਿਸੇ ਨੇ ਆ ਕੇ ਸਾਡਾ ਹਾਲ ਚਾਲ ਨਹੀਂ ਪੁੱਛਿਆ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਮਕਸਦ ਲਈ ਇੱਥੇ ਬੈਠੇ ਹੋਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਕਾਫੀ 5 ਮਹੀਨੇ ਦੀ ਤਨਖਾਹ ਨਹੀਂ ਮਿਲੀ ਜੀ ਵੀ ਕੇਂਦਰ ਤੋਂ ਜਿਹੜੇ ਫੰਡਸ ਆਉਂਦੇ ਆ ਨਾ ਉਹ ਕਈ ਵਾਰੀ ਡਿਲੇ ਹੋ ਜਾਂਦਾ ਉਹ ਡਿਲੇ ਸੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ लेके चलांगे तुहानू रंगले पंजाब दे खेतां वल देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार सवेरे 7:30 D5 चैनल पंजाबी ते की हुंदी है जमाबंदी किवें बनदी है वसीयत जमीन जायदाद दे हर मसले ते करांगे चर्चा देखना ना भुलना साडा खास प्रोग्राम नायब तहसीलदार .com D5 चैनल पंजाबी पूरे सब्सक्राइब करो बेल आइकन पे क्लिक करो।